ਐਕਸਾਈਜ਼ ਵਿਭਾਗ ਨੇ ਦੀਨਾਨਗਰ ਦੇ ਹਲਕੇ ਦੇ ਇੱਕ ਪਿੰਡ ਦੇ ਵਿੱਚੋਂ ਬੜੀ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ। ਸਾਡੇ ਰਿਪੋਰਟਰ ਜਗਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ, ਮਸਕਾ ਚਸਕਾ ਟਾਈਮ, ਗੁਰਦਾਸਪੁਰ। ਬੜੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਪੁਰਾਣਾ, ਅਤੇ ਕਾਫੀ ਵਾਰ ਸੇਲ ਵੀ ਇਹਦੀ ਹੋਈ ਹੈ, ਹਿਮਾਚਲ ਦੀ ਸ਼ਰਾਬ ਦੀ ਵੀ, ਚੰਡੀਗੜ੍ਹ ਸ਼ਰਾਬ ਦੀ ਵੀ। ਅਤੇ ਅੱਜ ਗੁਪਤ ਸੂਚਨਾ ਮਿਲੀ ਸੀ ਕਿ ਇਹਦੇ ਘਰ ਸ਼ਰਾਬ ਕਾਫੀ ਪਈ ਹੈ, ਜਿਹਦੇ ਵਿੱਚ ਸਾਨੂੰ ਸ਼ਰਾਬ ਮਿਲੀ ਹੈਗੀ, ਇਹਦੇ ਘਰੋਂ ਬਰਾਮਦ ਹੋਈ ਹੈ ਸ਼ਰਾਬ। ਉਹਦੇ ਨਾਲ ਐਕਸਾਈਜ਼ ਟੀਮ ਅਤੇ ਪੁਲਿਸ ਮੁਲਾਜ਼ਮ ਸਮੇਤ ਥਾਣੇ ਦੇ ਮੁਲਾਜ਼ਮ ਸਾਰੇ ਸੀ, ਜਿਹਦੇ ਕਰਕੇ ਇਹਦੇ ਘਰ ਵਿੱਚ ਗਸ਼ਤ ਕਰਨ 'ਤੇ ਮਾਲ ਬਰਾਮਦ ਹੋਇਆ ਸਾਨੂੰ। ਕੈਸ਼ ਅਤੇ ਜਿਹਦੇ ਵਿੱਚ 3 ਬੋਤਲਾਂ ਪਲੱਸ ਮਗਡਾਵਲ ਦੀਆਂ ਨੇ, ਅਤੇ ਜਿਹਦੇ ਵਿੱਚ ਇੱਕ ਬੋਤਲ ਜਿਹੜੀ ਇਹਨਾਂ ਤੋਂ ਸੇਲ ਵੀ ਹੋਈ। ਹੁਣ ਕਾਰਵਾਈ ਅੱਗੇ ਪੁਲਿਸ ਥਾਣੇ ਤੋਂ ਕਾਰਵਾਈ ਸ਼ੁਰੂ ਹੋਏਗੀ। ਜੋ ਵੀ ਇਹਨਾਂ ਘਰੋਂ ਮਾਲ ਬਰਾਮਦ ਹੋਇਆ ਸ਼ਰਾਬ ਦਾ, ਉਹ ਆਪਾਂ ਥਾਣੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਦੇ ਦਿੱਤਾ ਹੈਗਾ ਵਾ, ਜਮ੍ਹਾਂ ਕਰਵਾ ਦਿੱਤਾ, ਅਤੇ ਜੋ ਵੀ ਕਾਰਵਾਈ ਹੋਏਗੀ ਉਹ ਥਾਣੇ ਦੀਨਾਨਗਰ ਤੋਂ ਹੋਏਗੀ।